ਇੱਕ ਮੋੜ ਮੰਡੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਜੀ, ਕੀ ਸੰਦੇ ਵਿੱਚ ਇਹਨਾਂ ਦੇ? ਇਹ ਨਤੀਜਾ ਹੈਗਾ ਦੋਨੇ ਬਾਦਲ ਸਾਹਿਬ ਦੀ ਪਾਰਟੀ ਅਤੇ ਕੇਜਰੀਵਾਲ, ਇਹ ਦੋਨੋਂ ਜਿਹੜੇ ਹੈਗੇ ਅੱਤਵਾਦੀਆਂ ਨੂੰ ਥਾਪੀਆਂ ਦੇਣ ਵਾਲੇ ਬੰਦੇ ਨੇਗੇ। ਨਤੀਜਾ ਇਹਨਾਂ ਦਾ ਇਹੀ ਨਿਕਲਿਆ ਹੈਗਾ, ਜਿਹੜੇ ਗੈਂਗਸਟਰ ਛੱਡੇ ਸੀ ਨਾਭਾ ਜੇਲ੍ਹ 'ਚੋਂ, ਲੁਟੇਰੇ ਗੁੰਡੇ ਦਸ ਨੰਬਰੀਏ ਜੋ ਛੱਡੇ ਸੀ ਇਹਨਾਂ ਨੇ ਜੇਲ੍ਹਾਂ ਵਿੱਚੋਂ, ਉਹਨਾਂ ਨੇ ਆਪਣਾ ਕਾਰਨਾਮਾ ਕਰਕੇ ਦਿਖਾਇਆ, ਜਿਹਦੇ ਵਿੱਚ ਕੇਜਰੀਵਾਲ ਵੀ ਜਾਂ ਕੇਜਰੀਵਾਲ ਦੀ ਪਾਰਟੀ ਪੱਥਰ ਮਾਰੋ, ਫਲਾਨਾ ਮਾਰੋ, ਧਮਕਾ ਦਿਓ, ਔਰ ਕੱਲ੍ਹ ਕਿਸ ਤਰੀਕੇ ਨਾਲ ਪਿਛਲੀ ਵਾਰੀ ਦੀ ਫੋਟੋ ਕੇਜਰੀਵਾਲ ਦੀ ਕਿਸ ਤਰ੍ਹਾਂ ਦੇ ਲੋਕਾਂ ਨਾਲ ਲੱਗੀ ਹੋਈ ਹੈ। ਇਸ ਕਾਰਨ ਕਰਕੇ ਇਹਨਾਂ ਦੋਨਾਂ ਦੇ ਹੱਥ ਨੇ, ਦੋਨੋਂ ਉਹਦੇ ਸ਼ਮੂਲੀਅਤ ਹੈ। ਕੇਜਰੀਵਾਲ ਚੱਕਦਾ ਹੈ, ਬਾਦਲ ਨੇ ਇੰਟਰਨਲੀ ਬੰਦੇ ਪ੍ਰੋਵਾਈਡ ਕੀਤੇ ਹੈ, ਸਾਰੇ ਜਿਹੜੇ ਗੁੰਡਾ ਜਮਾਏ ਸੀ ਬਾਦਲ ਦੀ ਪਾਰਟੀ ਨੇ। ਇਹ ਉਹ ਹੈਗਾ ਅਤਿਅੰਤ ਨਿੰਦਣਯੋਗ ਹੈ। ਕਾਂਗਰਸ ਪਾਰਟੀ ਕਦੇ ਵੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਪੰਜਾਬ ਦੇ ਹਾਲਾਤ ਖਰਾਬ ਨਹੀਂ ਕਰਨ ਦੇਊਗੀ। ਇਸੇ ਕਰਕੇ ਲੋਕ ਹੋਰ ਵੀ ਸਾਡੇ ਨਾਲ ਆਏ ਨੇ ਕਿ ਡਰ ਪਿਆ ਕਿ ਤੇ ਮੁੜ ਕੇ ਫਿਰ ਉਹ ਅੱਤਵਾਦ ਵਾਲਾ ਸਮਾਨ ਵਾਪਸ ਆ ਜਾਵੇ। ਇਸ ਕਰਕੇ ਜਿਹੜੇ ਬੰਦੇ ਉੱਥੇ 6 ਮੌਤਾਂ ਹੋ ਗਈਆਂ, ਬੜਾ ਭਾਰੀ ਦੁੱਖ ਹੈ ਸਾਨੂੰ, ਅਫਸੋਸ ਹੈ ਉਹਨਾਂ ਲੋਕਾਂ ਦੇ ਨਾਲ। ਇਸੇ ਲਈ ਲੋਕਾਂ ਨੇ ਕਿਹਾ ਕਿ ਰਾਵਣ ਰਾਜ ਦਾ ਖਾਤਮਾ ਕਰਨਾ ਅਕਾਲੀ ਦਲ ਦੇ ਦਾ, ਅਤੇ ਕਾਂਗਰਸ ਸਾਹਮਣੇ ਸ਼ਾਂਤੀ ਬਾਣੀ ਲੈ ਕੇ ਆਉਣੀ ਹੈ। ਇੱਕ ਡੇਰਾ ਪ੍ਰੇਮੀਆਂ ਨੇ ਜੀ ਜਿਹੜਾ ਅਕਾਲੀਆਂ ਨੂੰ ਸਮਰਥਨ ਦਿੱਤਾ ਹੈ, ਕੀ ਲੱਗਦਾ ਜੀ? ਦੇਖੋ, ਮੈਨੂੰ ਜਿੱਥੇ ਤੱਕ ਲੱਗਦਾ ਹੈਗਾ ਪਿਤਾ ਜੀ ਦਾ ਕੋਈ ਇਸ ਵਿੱਚ ਹੱਥ ਨਹੀਂ, ਜਿਹੜੇ ਇਹਨਾਂ ਦੇ ਗੁਰੂ ਨੇ ਉਹਨਾਂ ਨੇ ਕਿਸੇ ਨੂੰ ਅਕਾਲੀਆਂ ਨੂੰ ਕੋਈ ਸਮਰਥਨ ਨਹੀਂ ਦਿੱਤਾ, ਔਰ ਨਾ ਹੀ ਜਿਹੜਾ ਵੋਟਰ ਹੈ ਉਹ ਇਹ ਮੰਨੇ। ਜੇ ਕੋਈ ਪੋਲੀਟੀਕਲ ਵਿੰਗ ਨੇ ਆਪਦੇ ਤੌਰ 'ਤੇ ਆਪਣੇ ਕਿਸੇ ਖਾਸ ਕਾਰਨਾਂ ਕਰਕੇ, ਪਤਾ ਸਾਨੂੰ ਨਹੀਂ ਪਤਾ ਕੀ ਰੀਜ਼ਨ ਉਹਨਾਂ ਦੇ ਹੋਣਗੇ, ਜੇ ਕਿਸੇ ਨੇ ਕੋਈ ਗਲਤ ਫਹਿਮੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਸੇ ਦੇ ਪੋਲੀਟੀਕਲ ਵਿੰਗ ਨੇ, ਉਹਨੂੰ ਕੋਈ ਇਹਨਾਂ ਦਾ ਪ੍ਰੇਮੀ ਮੰਨਣ ਲਈ ਤਿਆਰ ਨਹੀਂ, ਕਿਉਂਕਿ ਕਿਸੇ ਵੀ ਪ੍ਰੇਮੀ ਦੇ ਹੱਥ ਅਕਾਲੀ ਦਲ ਨੂੰ ਵੋਟ ਪਾਉਣ ਲਈ ਨਹੀਂ ਜਾ ਸਕਣੇ। ਇਸ ਕਾਰਨ ਕਰਕੇ ਕਿ ਪ੍ਰੇਮੀਆਂ ਦੇ ਖੂਨ ਨਾਲ ਜਿਹੜੇ ਹੈਗੇ ਅਕਾਲੀ ਪ੍ਰੇਮੀਆਂ, ਅਕਾਲੀ ਦਲ ਦੇ ਹੱਥ ਹੈ ਜਿਹੜੇ ਪ੍ਰੇਮੀਆਂ ਦੇ ਖੂਨ ਨਾਲ ਭੇਜੇ ਵੇ ਹੈ। ਇਸ ਕਰਕੇ ਕਦੇ ਵੀ ਕੋਈ ਪ੍ਰੇਮੀ ਜਿਹੜਾ ਅਕਾਲੀ ਦਲ ਨੂੰ ਵੋਟ ਨਹੀਂ ਪਾਊਗਾ, ਇਹਦਾ ਕੋਈ ਅਸਰ ਨਹੀਂ ਹੈਗਾ। ਔਰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਜਿਹੜਾ ਸਿਆਸੀ ਵਿੰਗ ਹੈ ਇਹ ਡੇਰੇ ਦਾ, ਉਹਦੀ ਕੋਈ ਸ਼ਰਾਰਤ ਹੋ ਸਕਦੀ ਹੈ ਜਿਹਨਾਂ ਨੇ ਅਖਬਾਰਾਂ ਚਲਵਾਇਆ, ਲੇਕਿਨ ਡੇਰੇ ਦੇ ਜਿਹੜੇ ਹੈਗੇ ਸੀ ਹੈੱਡ, ਉਹਨਾਂ ਨੇ ਬਿਲਕੁਲ ਇਹਨਾਂ ਨੂੰ ਕੋਈ ਸਮਰਥਨ ਨਹੀਂ ਦਿੱਤਾ।